ਇੱਥੇ ਅੰਮ੍ਰਿਤਸਰ ਦੇ ਵਿੱਚ ਕਰਵਾਵਾਂਗੇ ਔਰ ਵਧੀਆ ਢੰਗ ਨਾਲ ਕਰਵਾਉਣ ਜਾ ਰਹੇ ਹਾਂ। ਜਿਹੜੇ ਜਿਹੜੇ ਸਾਥੀ ਸਾਡੇ ਨਾਲ ਯੂਨੀਅਨ ਨੂੰ ਵਧੀਆ ਸੇਵਾਵਾਂ ਦੇ ਰਹੇ ਨੇ ਔਰ 24 ਆਵਰ ਨਾਲ ਖੜ੍ਹੇ ਹੁੰਦੇ ਨੇ ਪੱਤਰਕਾਰਾਂ ਦੀ ਮਦਦ ਵਿੱਚ, ਉਹਨਾਂ ਨੂੰ ਇਸ ਵਾਰ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਵੱਲੋਂ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਜਾਏਗਾ, ਇੱਕ ਸਰਟੀਫਿਕੇਟ ਜਾਰੀ ਕੀਤਾ ਜਾਏਗਾ ਔਰ ਉਹਨਾਂ ਨੂੰ ਅਸੀਂ ਸਨਮਾਨ ਦੇ ਕੇ ਉਹਨਾਂ ਦੇ ਪਰਿਵਾਰ ਦਾ, ਉਹਨਾਂ ਦਾ ਅਤੇ ਆਪਣੀ ਐਸੋਸੀਏਸ਼ਨ ਦਾ ਜਿਹੜਾ ਵਾ ਸਿਰ ਉੱਚਾ ਕਰਾਂਗੇ। ਧੰਨਵਾਦ ਸਰ। ਕਿ ਅਸੀਂ ਜਿਹੜਾ ਐਨੂਅਲ ਫੰਕਸ਼ਨ ਕਰਵਾਉਂਦੇ ਹਾਂ ਉਹ ਪੰਜਾਬ ਪੱਧਰ 'ਤੇ ਇਸ ਵਾਰ ਅਸੀਂ ਪ੍ਰੋਗਰਾਮ ਕਰਵਾਉਣ ਜਾ ਰਹੇ ਹਾਂ ਔਰ ਜੁਲਾਈ ਦੇ ਸ਼ੁਰੂਆਤੀ ਦੌਰ ਵਿੱਚ ਅਸੀਂ ਇਹ ਪ੍ਰੋਗਰਾਮ ਰੱਖਾਂਗੇ। ਜੂਨ ਵਿੱਚ ਗਰਮੀ ਬਹੁਤ ਜ਼ਿਆਦਾ ਵਾ, ਇਸ ਕਰਕੇ ਅਸੀਂ ਪ੍ਰੋਗਰਾਮ ਅਸੀਂ ਨਹੀਂ ਉਲੀਕ ਰਹੇ ਔਰ ਨੈਕਸਟ ਮੰਥ ਜਿਹੜਾ ਜੁਲਾਈ ਵਿੱਚ ਅਸੀਂ ਪ੍ਰੋਗਰਾਮ ਰੱਖਾਂਗੇ। ਔਰ ਮੈਂ ਇੱਥੇ ਇੱਕ ਆਪਣੇ ਸਾਥੀਆਂ ਨੂੰ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਵੀ ਸਾਡੇ ਨਾਲ ਸਾਥੀ ਜੁੜੇ ਹੋਏ ਨੇ, ਅਗਰ ਉਹਨਾਂ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਅਤੇ ਉਹਨਾਂ ਵਾਸਤੇ ਯੂਨੀਅਨ ਖੜ੍ਹੀ ਹੈ ਅਤੇ ਜੇਕਰ ਯੂਨੀਅਨ ਦੀ ਕੋਈ ਉਹਨਾਂ ਨੂੰ ਕਾਲ ਜਾਂਦੀ ਹੈ ਅਤੇ ਉਹ ਸਮੇਂ ਸਿਰ ਉੱਥੇ ਪੁੱਜਣ ਅਤੇ ਆਪਣੇ ਸਾਥੀਆਂ ਦੀ ਮਦਦ ਕਰਨ। ਜੀ, ਅੱਜ ਜਿਹੜੀ ਮੀਟਿੰਗ ਕੀਤੀ ਜੀ ਧਰਮ ਜੀ, ਮੈਂ ਦੱਸ ਚੁੱਕਿਆ ਪਹਿਲਾਂ ਹੀ ਅੱਜ ਦੀ ਮੀਟਿੰਗ ਬਾਰੇ ਮੈਂ ਦੱਸ ਦਿੱਤਾ ਕਿ ਅੱਜ ਦੀ ਇਹ ਮੀਟਿੰਗ ਜਨਰਲ ਮੀਟਿੰਗ ਸੀਗੀ ਜਿਸ ਵਿੱਚ ਸਾਡੇ ਜਿਹੜੇ ਅੰਮ੍ਰਿਤਸਰ ਸਿਟੀ ਦੇ ਪੱਤਰਕਾਰ ਅਸੀਂ ਬੁਲਾਏ ਸੀਗੇ ਔਰ ਬੈਠ ਕੇ ਅਸੀਂ ਪੱਤਰਕਾਰਾਂ ਦੀਆਂ ਸਮੱਸਿਆਵਾਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ ਔਰ ਜਿਹੜਾ ਸਾਡਾ ਪੰਜਾਬ ਪੱਧਰ 'ਤੇ ਅਸੀਂ ਪ੍ਰੋਗਰਾਮ ਰੱਖਣਾ ਹੈ ਸਾਲਾਨਾ, ਉਸ ਬਾਰੇ ਅਸੀਂ ਸਲਾਹ ਮਸ਼ਵਰਾ ਕੀਤਾ ਹੈ ਜਿਸ ਵਿੱਚ ਸਾਨੂੰ ਸਾਡੇ ਸਾਥੀਆਂ ਨੇ, ਸਾਡੇ ਨਰਿੰਦਰ ਰਾਏ ਜੀ ਜਿਹੜੇ ਸੀਨੀਅਰ ਪੱਤਰਕਾਰ ਨੇ, ਉਹਨਾਂ ਨੇ ਸੂਰੀ ਸਾਹਿਬ, ਨਿਰਮਲ ਸਿੰਘ ਚੌਹਾਨ ਅਤੇ ਹੋਰ ਵੀ ਸਾਡੇ ਜਿਹੜੇ ਬੜੇ ਸੀਨੀਅਰ ਪੱਤਰਕਾਰ ਨੇ, ਸਮੀਤ ਗੋਇਲ ਜੀ ਹੈਗੇ ਨੇ, ਸਮੀਤ ਜੀ ਨੇ ਕੰਬੋਜ ਜੀ, ਅਤੇ ਉਹਨਾਂ ਨੇ ਸੁਝਾਅ ਦਿੱਤਾ ਕਿ ਅਸੀਂ ਇਸ ਵਾਰ ਜਿਹੜਾ ਪ੍ਰੋਗਰਾਮ ਉਲੀਕਣਾ ਹੈ। ਮੈਂ ਦੁਆਰਕਾ ਨਾਥ ਰਾਣਾ, ਜ਼ਿਲ੍ਹਾ ਇੰਚਾਰਜ ਪੰਜਾਬ ਟਾਈਮ ਅੰਮ੍ਰਿਤਸਰ। ਅੱਜ ਧਰਮ ਸਿੰਘ ਮਾਰਕੀਟ ਵਿੱਚ ਪ੍ਰੈਸ ਜਰਨਲ ਐਸੋਸੀਏਸ਼ਨ ਦੀ ਇੱਕ ਵਿਸ਼ਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ ਪ੍ਰਧਾਨ ਸ਼੍ਰੀਮਾਨ ਮਾਨਯੋਗ ਪੁੰਜ ਸੰਜੀਵ ਪੁੰਜ ਜੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਲੈਵਲ ਦੇ ਉੱਤੇ ਜਿਹੜਾ ਅਸੀਂ ਇਕੱਠ ਕਰਨਾ ਹੈ ਜਾਂ ਜਿਸ ਤਰ੍ਹਾਂ ਕਿ ਅਸੀਂ ਹਰ ਸਾਲ ਕਰਦੇ ਹਾਂ ਉਸ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਵੀ ਉਸ ਇਕੱਠ ਨੂੰ ਅਸੀਂ ਕਿਸ ਤਰ੍ਹਾਂ ਕਰਨਾ ਹੈ ਔਰ ਕਿਸ ਤਰ੍ਹਾਂ ਇਹਦੀ ਜ਼ਿੰਮੇਵਾਰੀ ਕਿਸ ਕਿਸ ਨੂੰ ਦੇਣੀ ਆ ਉਸ ਦੇ ਬਾਰੇ ਸਾਰੇ ਵੀ ਜਿੰਨੇ ਵੀ ਸਾਡੇ ਮੈਂਬਰ ਹਨ ਜਿਹੜੇ ਇੱਥੇ ਆਏ ਹਨ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਤਾਂ ਉਹਨਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਆ। ਪ੍ਰਧਾਨ ਜੀ ਦੇ ਅਨੁਸਾਰ ਜਿਹੜੇ ਸਾਡੀ ਐਸੋਸੀਏਸ਼ਨ ਦੇ ਵਿੱਚ ਸੇਵਾਵਾਂ ਚੰਗੀ ਤਰ੍ਹਾਂ ਨਿਭਾ ਰਹੇ ਹਨ ਇਸ ਇਕੱਠ ਵਿੱਚ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਸਾਡਾ ਜਿਹੜਾ ਇਕੱਠ ਹੈ, ਸਾਡੀ ਜਿਹੜੀ ਯੂਨੀਅਨ ਹੈ, ਇਹ ਹਰ ਮੁਸ਼ਕਲ ਦੀ ਘੜੀ ਵਿੱਚ ਹਰ ਪੱਤਰਕਾਰ ਨਾਲ ਹਰ ਵੇਲੇ ਮੌਜੂਦ ਹਨ। ਸਭ ਤੋਂ ਵੱਡੀ ਗੱਲ ਪ੍ਰਧਾਨ ਜੀ ਨੇ ਇਹ ਕਹੀ ਹੈ ਵੀ ਉਹਨਾਂ ਦਾ ਫੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ, ਕਦੇ ਵੀ ਉਹਨਾਂ ਦਾ ਫੋਨ ਬੰਦ ਨਹੀਂ ਹੁੰਦਾ ਭਾਵੇਂ ਰਾਤ ਦੇ 2 ਵਜੇ ਹੋਣ। ਕਿਸੇ ਪੱਤਰਕਾਰ ਨੂੰ ਰਾਤੀ 2 ਵਜੇ ਵੀ ਕੋਈ ਮੁਸੀਬਤ ਪੈਂਦੀ ਹੈ ਤਾਂ ਪ੍ਰਧਾਨ ਜੀ ਉਸੇ ਵੇਲੇ ਉਹਨਾਂ ਦਾ ਫੋਨ ਚੁੱਕ ਕੇ ਉੱਥੇ ਹਾਜ਼ਰ ਹੁੰਦੇ ਹਨ। ਉਹਨਾਂ ਨਾਲ ਉਹਨਾਂ ਦੀ ਯੂਨੀਅਨ ਦੇ ਮੈਂਬਰ ਵੀ ਜਿਨ੍ਹਾਂ ਨੂੰ ਉਹ ਡਿਊਟੀ ਲਾਉਂਦੇ, ਜਿਨ੍ਹਾਂ ਨੂੰ ਆਰਡਰ ਦਿੰਦੇ ਨੇ, ਉਹ ਵੀ ਉੱਥੇ ਪਹੁੰਚੇ ਹੁੰਦੇ ਹਨ ਅਤੇ ਇਹਦੇ ਨਾਲ ਹੀ ਉਹ ਪੱਤਰਕਾਰ ਦਾ ਜਿਹੜਾ ਮਸਲਾ ਹੈ ਉਹਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਪ੍ਰਧਾਨ ਜੀ ਨੇ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਨੂੰ ਆਪਣੀ ਏਕਤਾ ਦਾ, ਅਖੰਡਤਾ ਦਾ ਹਿੱਸਾ ਬਣ ਕੇ ਹਰ ਇੱਕ ਨੂੰ ਇੱਕ ਦੂਜੇ ਦਾ ਸਾਥ ਦੇਣ ਲਈ ਹਰ ਵੇਲੇ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਮਾੜਾ ਅੰਸਰ, ਚਾਹੇ ਉਹ ਪ੍ਰਸ਼ਾਸਨ ਹੋਵੇ, ਚਾਹੇ ਗੈਰ ਪ੍ਰਸ਼ਾਸਨ ਹੋਵੇ, ਕਿਸੇ ਤਰ੍ਹਾਂ ਦਾ ਵੀ ਪੱਤਰਕਾਰ ਉੱਤੇ ਕਿਸੇ ਤਰ੍ਹਾਂ ਦਾ ਵੀ ਕੋਈ ਹਮਲਾ ਜਾਂ ਕੋਈ ਕਮੈਂਟ ਨਾ ਕਰ ਸਕੇ ਜਾਂ ਪੱਤਰਕਾਰ ਦੀ ਬੇਇੱਜ਼ਤੀ ਨਾ ਕਰ ਸਕੇ, ਉਹਦੇ ਲਈ ਸਾਡੀ ਯੂਨੀਅਨ ਹਰ ਵੇਲੇ ਤਤਪਰ ਹੈ, ਹਰ ਵੇਲੇ ਤਿਆਰ ਹੈ। ਔਰ ਪ੍ਰੈਸ ਸੰਘਰਸ਼ ਜਰਨਲ ਐਸੋਸੀਏਸ਼ਨ ਜਿਹੜੀ ਕਿ ਸ਼ੁਰੂ ਤੋਂ ਹੀ ਭਾਈਚਾਰੇ ਵਾਸਤੇ 24 ਘੰਟੇ ਔਰ ਵੇਲੇ ਮੌਜੂਦ ਕਹਿਣਾ ਚਾਹੁੰਦੇ ਜਿਹੜੀ ਯੂਨੀਅਨ ਦੀ ਮੀਟਿੰਗ ਹੋਈ ਜਾਂਦੀ ਸਰ? ਮੈਂ ਨਰਿੰਦਰ ਰਾਏ, ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਰਜਿਸਟਰਡ ਦੀ ਜਿਹੜੀ ਹੈ ਮੀਟਿੰਗ ਰਾਸ਼ਟਰੀ ਪ੍ਰਧਾਨ ਸੰਜੀਵ ਪੁੰਜ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਧਰਮ ਸਿੰਘ ਮਾਰਕੀਟ ਵਿਖੇ ਹੋਈ ਹੈ। ਇਸ ਵਿੱਚ ਵੱਖ ਵੱਖ ਪੱਤਰਕਾਰਾਂ ਨੇ ਆਇਆਂ ਨੇ ਵਿਚਾਰ ਵਟਾਂਦਰਾ ਕੀਤਾ ਹੈ, ਛੇਤੀ ਅਸੀਂ ਕੋਈ ਪ੍ਰੋਗਰਾਮ ਲੀਕਣ ਜਾ ਰਹੇ ਹਾਂ ਅਤੇ ਇਸ ਤੋਂ ਇਲਾਵਾ ਜਿਹੜੇ ਬੀਤੇ ਸਮੇਂ ਦੌਰਾਨ ਘਟਨਾਵਾਂ ਵਾਪਰੀਆਂ, ਜਿਹੜੇ ਸਾਡੀ ਸੰਸਥਾ ਵੱਲੋਂ ਸਮੱਸਿਆਵਾਂ ਹੱਲ ਕੀਤੀ ਗਈਆਂ, ਉਹ ਜਿਹੜੀਆਂ ਸਮੱਸਿਆਵਾਂ ਲੋਕਾਂ ਨੂੰ ਆ ਰਹੀਆਂ ਸਾਡੇ ਤੱਕ ਪਹੁੰਚ ਨਹੀਂ ਕਰ ਰਹੇ, ਅਸੀਂ ਆਪ ਕੋਸ਼ਿਸ਼ ਕਰ ਰਹੇ ਕਿ ਉਹਨਾਂ ਤੱਕ ਪਹੁੰਚ ਕਰੀਏ, ਸਮੱਸਿਆਵਾਂ ਦਾ ਹੱਲ ਕਰੀਏ।
तो आह्वान करते हैं सारे प्रेस को लोगों को कि साडा सहयोग जिदा पहला दिंदे आ रहे उस तरह देवो जिन्हों को दुख तकलीफ है मुश्किल है साढ़े संजीव जी पुंजी जे राष्ट्रीय प्रधान है हमेशा साढ़े नाल जे पिछे हमेशा आशीर्वाद रखते हैं नाल चलते हैं असं लोगों को आह्वान करते हैं अपन समस्यावान लैके साडे ऑफिस आन पहुँचन साढ़े तक किसी तरीके पहुँच कर असं उन्होंने नाल हाँ जी हाँ जी जी बिल्कुल हर पत्रकार ने अपने विचार दते है पिछले समय जो होया जिस इंसाफ मिले पत्रकार आम लोगों ने इंसाफ मिले वो जो मसले जिहड़ियां गल्लां जिक्र किया गया इस तो अलावा जो नवे मसले उभर रहे या आपां जो प्रोग्राम करना आ पूरा जो भारत लैवल का करना आ वो असीं जल्दी नोट देवांगे कि डेट नूं करन जा रहे कितने करन जा रहे हैं वो संजीव पुंजी नाल सलाह कर सलाह करन तों बाद दसांगे किस डेट नूं ते कित्थे करन जा रहे हैं पत्रकार च भाईचारे नूं इहो मैसेज है सब तो पहला हलीमी अपनी ड्यूटी समझो ये नहीं कि असी पत्रकार बन गए हैं तो साडा कोई राइट बन गया वक्रा साडा VIP सानू ट्रीटमेंट मिलना चाहिए असी अपनी ड्यूटी निभाइए और जिते गलत काम हो रहा खड़े हो जी चट्टान वांगू प्रेस संघर्ष होना दे मगर पूरे चट्टान वांगू खड़ी असी अपनी जिंद जान वार दांगे वारी है और झूठ नूं झूठिया पाया भावें सानू जिथे मुझ तक पहुँच करनी पई संजीव पुंजी हमेशा साढ़े मगर आ असी इहो कहने कि साडा जिहड़ा इहो जिहड़ा मकसद आ असी उस मकसद अज तक कामयाब हुंदे रहे हां।